ਤੁਸੀਂ ਤੀਏ ਤਾੜੇ ਮੈਨੂੰ ਜੀ ਪੁੱਛਣ ਲੇ ਪਿੰਦੇ ਵਰਾਸਣ ਕਾਰਡ ਕੂਣੀ ਕਿੱਥੇ ਸਰਪੰਚ ਨੇ ਠੇਕਾ ਲਿਆ ਕਿ ਵਰਾਸਣ ਕਾਰਡ ਕੂਣੀ ਕਿੱਟੇ ਮੈਨੂੰ ਕਿਤੇ ਕੋਣੀ ਕੱਟੇ ਨਾ ਚਾਚਾ ਤੁਹਾਨੂੰ ਹੀ ਪੁੱਛਣਾ ਹੋਰ ਥੋੜਾ ਕੋਈ ਨੂੰ ਪੁੱਛਣਾ ਇਹ ਮੌਕੇ ਸਰਪੰਚ ਤੁਸੀਂ ਹੀ ਹੈ ਤੁਸੀਂ ਹੀ ਜਵਾਬਦੇਹ ਦੇਣੀ ਹੈ ਵੀ ਜਿਹੜਾ ਸਾਰਾ ਗਲਤ ਕੰਮ ਹੋਇਆ ਇਹ ਕਿਹਾਂ ਹੋਇਆ ਹੈ ਮੈਂ ਕਿਹ ਜਵਾਬਦੇਹ ਦੇਣੀ ਮੈਨੂੰ ਤਾਂ ਕੀ ਗੱਲਾਂ ਦਾ ਪਤਾ ਹੈ ਇਹ ਨਾ ਮੇਰਾ ਖੁਦ ਦਾ ਰਸਣ ਕਾਰਡ ਕੱਟਿਆ ਰੱਖੀ ਤਾ ਨਾ ਮੇਰੇ ਨਾਲ ਕੋਈ ਨੇ ਗੱਲ ਹੀ ਨਹੀਂ ਕੀਤੀ ਵੀ ਰਸਣ ਕਾਰਡ ਕਟੋਏ ਨਹੀਂ ਤਾਂ ਮੈਂ ਇੱਕ ਵੀ ਨਾ ਕਟਾਉਣ ਦੇਣਾ ਨਾਲ ਮੈਨੂੰ ਪਤਾ ਹੀ ਨਹੀਂ ਟੀਮ ਕਿਹੜ ਕੱਕੇ ਸਰਪੰਚ ਝੂਠ ਹੈ ਬੋਲਦਾ ਨਹੀਂ ਨਾਲ ਹੋਈ ਰਸਨ ਘੜ ਕਟਾਏ ਉਹਨਾਂ ਨੂੰ ਕੀ ਪਤਾ ਲੱਗਣਾ ਵੀ ਇਹਨਾਂ ਦੇ ਘਰ ਟਹਿਲਣ ਲੱਗੀਆਂ ਇਹਨਾਂ ਦੇ ਘਰ ਹਣ ਲੱਗੀਆਂ ਤੂੰ ਆਂਦੇ ਨਾ ਭੌਂਕਣਾ ਸ਼ੁਰੂ ਕਰ ਤੇ ਤੈਨੂੰ ਗੱਲਾ ਥੋ ਪਤਾ ਹੈ ਸੀ ਵੀ ਗੱਲ ਕੀ ਹੋਈ ਪਰ ਗਲਤ ਸੁਣ ਲੈ ਮੈਂ ਤੈਨੂੰ ਦੱਸਣ ਗੱਲ ਕੀ ਹੋਈ ਇਹ ਕੋਈ ਟੀਮ ਆਈ ਰਾਤੀ ਬਰਾਤੀ ਤੇ ਕੁਝ ਦੇ ਘਰ ਬੈਠੀ ਹੋਣੀ ਹੈਗੀ ਤੇ ਉੱਥੋਂ ਬੈਠੀ ਹੈ ਸਾਰਿਆਂ ਦੇ ਰਸਨ ਘੜ ਕੜੀ ਤੇ ਨਾਲ ਜਿਹੇ ਬੰਦੇ ਨੇ ਰਸਨ ਘੜ ਕਟਾਏ ਉਹ ਸਾਰਿਆਂ ਦੇ ਘਰ ਘੁੰਮੀ ਆਏ ਤੇ ਉਹ ਦਿਖੀ ਆਏ ਕੁਦੇ ਘਰ ਟਹਿਲਣ ਲੱਗੀਆਂ ਤੇ ਕੁਦੇ ਘਰ ਹਣ ਲੱਗੀਆਂ ਚਾਹੇ ਸਾਡੇ ਘਰ ਤਾਂ ਟਹਿਲਣ ਵੀ ਆਣ ਲੱਗੀਆਂ ਨੜਾਇਚਾ ਕਾਣੀ ਬੜੀ ਜਿਆਦਾ ਬਿਗੜੀ ਹੋਣਾ ਨਾ ਕੋਈ ਨਹੀਂ ਛੱਡਿਆ ਬੁੱਢਾ ਠੇਰਾ ਲੁੱਲਾ ਲੂੰਗੜਾ ਸਭ ਰਗੜ ਤੇ ਫੜੀਏ ਸਾਰਿਆਂ ਰਸਨ ਰਗੜ ਕਢੀਤੇ ਨੇ ਤਾਂ ਮੈਂ ਵੀ ਤੁਹਾਨੂੰ ਇਹੀ ਸਮਝਾਦਾ ਮੈਨੂੰ ਕੀ ਗੱਲਾਂ ਦਾ ਪਤਾ ਹੀ ਨਹੀਂ ਪਰ ਤੂੰ ਸੋਚਦਾ ਨਾ ਖਰ ਸਰਪੰਚ ਨੇ ਨਾਲ ਹੋਈ ਕਟਵਾਏ ਨਾ ਤਾਂ ਜੇ ਕੋਈ ਮੈਂ ਕਟਾਣੇ ਹੁੰਦੇ ਨਾ ਤਾਂ ਮੈਂ ਘਰੇ ਘਰੇ ਜਾਈਏ ਚੈੱਕ ਕਰਨੇ ਵੀ ਕੁੱਦਾ ਕਟਾਉਣਾ ਚਾਹੀਦਾ ਜਾਂ ਕੁੱਦਾ ਨਹੀਂ ਕਟਾਉਣਾ ਚਾਹੀਦਾ ਪਰ ਇਹਨਾਂ ਨੇ ਤਾਂ ਸਾਰਿਆਂ ਰਗੜਾ ਫੇਰੀ ਰਹੀ ਤਾਗਾ ਚਾਚਾ ਰਗੜਾ ਫੇਰਿਆ ਬਾਬੂ ਰਗੜਾ ਫੇਰਿਆ ਇਹਨਾਂ ਤਾਂ ਸਾਨੂੰ ਪੁੰਗਰਨੇ ਜੁਗਾਂ ਨਹੀਂ ਛੜਿਆ ਨਾਲੇ ਚਾ ਹੁਣ ਸਾਰਿਆਂ ਦੇ ਰਸਣਕਾੜ ਟਕੋਈਏ ਹੁਣ ਕਾਹ ਬੰਨਨੇ ਵੀ ਨਹੀਂ ਮਹੀਂ ਮਹੀਂ ਰਸਣਕਾੜ ਬਣੇ ਇੱਕ ਵਾਰੀ ਉਹ ਵੀ ਕੱਟਈਏ ਰਹੀ ਤੇ ਨਾਲੇ ਚਾ ਮੈਨੂੰ ਵੀ ਨਾ ਪਤਾ ਲੱਗਣਾ ਵੀ ਰਸਣਕਾੜ ਕਟੋਈਏ ਇਹ ਤਾਂ ਬੀਨੂ ਲੈ ਲਿਸਟ ਕੱਢੀ ਹੈ ਪਤਾ ਨਹੀਂ ਕਿਥੋਂ ਲੈ ਕੱਢੀ ਹੈ ਗੰਦਾ ਇਹ ਦੇਖੋ ਗੇਰਾ ਗੰਦਾ ਸਾਰਿਆਂ ਰਸਣਕਾੜ ਕਟੋਈਏ ਮੈਂ ਇਹਨੂੰ ਫਿਰ ਪੁੱਛਿਆ ਮੈਂ ਕੋਦੇ ਕੋਦੇ ਨਾ ਕਟੋਇਆ ਗੰਦਾ ਮੇਰਾ ਹੀ ਕਟੋਈਆ ਉਧਰ ਕਾਕੀ ਦੇ ਪੰਮੂ ਦੇ ਕਟੋਈਆ ਉਧਰ ਸੋਮੂ ਦਰਸੰਜੂ ਦਾ ਕਟੋ ਮਗਾ ਤੇ ਪੁੱਛਣਾ ਹੈ ਕਿ ਕਿਆ ਕੱਟਨੇ ਹੈ ਕਹਿੰਦਾ ਮੈਂ ਪੁੱਛਿਆ ਹੈ ਕਹਿੰਦੇ ਸਾਡੀ ਮਰਜ਼ੀ ਹੈ ਜਿੰਨੇ ਮਰਜ਼ੀ ਕੱਟੀਏ ਨਾਲੇ ਬੋਲਾ ਦੇ ਇਹ ਗੰਦੇ ਵੇਹੇ ਪੂਰੇ ਪਿੰਡੇ ਜਖਣਾ ਵੜਣੀ ਫੜੀ ਇੱਕ ਰਸਣ ਕੱਢ ਦੇਣੇ ਰੱਖਣਾ ਸਾਰੇ ਕੱਢ ਦੇਣੇ ਸਾਰੇ ਰਸਣ ਕੱਢਣਾ ਨਹੀਂ ਹੈ ਕੱਢਣੇ ਹੈ ਆਪਣਾ ਪਿੰਡ ਭੁੱਖਾ ਥੋੜਾ ਮਾਰਨਾ ਹੈ ਮੁੜੀਆਂ ਬਣਾਇ ਦੇਣੇ ਮਹੀ ਮਹੀ ਦਾ ਦਾਣੇ ਮਿਲਦੇ ਨਾਲ ਤੁਸੀਂ ਧੋੜੀ ਜਾਗੋ ਬੀਨੂ ਕੋਲ ਲਿਸਟ ਲਈ ਆਕੋ ਮੈਂ ਆਪੂ ਚੈੱਕ ਕਰਨੀ ਵੀ ਕੁਝ ਕੁ ਤਾਂ ਨਾ ਕੱਟੇਗਾ ਨਾਲੇ ਇੰਹਾਂ ਕਰਿਓ ਪੂਰੇ ਪਿੰਡੇ ਤਲਾਹ ਦੇ ਦੇਵੋ ਐਤਵਾਰ ਨੂੰ ਸਰਪੰਚ ਨੇ ਇਕੱਠੇ ਰੱਖੇ ਤੇ ਸਾਰੇ ਜਣੇ ਇਕੱਠੇ ਹੋ ਗੋ ਜਿਹਦੇ ਜਿਹ